ਦੋਸਤੋ ਨੈਸ਼ਨਲ ਹਾਈਵੇ 'ਤੇ ਡਰਾਈਵ ਕਰਦੇ ਸਮੇਂ ਆਪਾਂ ਨੂੰ ਟੋਲ ਪਲਾਜ਼ਾ ਜਿਹੜਾ ਦੇਖਣ ਨੂੰ ਜ਼ਰੂਰ ਮਿਲਦਾ ਹੈ ਅਤੇ ਉੱਥੇ ਆਪਾਂ ਨੂੰ ਇੱਕ ਨਾਮ ਪੜ੍ਹਨ ਨੂੰ ਮਿਲਦਾ ਫਾਸਟੈਗ ਦਾ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਫਾਸਟੈਗ ਹੁੰਦਾ ਕੀ ਹੈ, ਆਪਾਂ ਨੂੰ ਕਿਉਂ ਬਣਾਉਣ ਦੀ ਜ਼ਰੂਰਤ ਹੈ ਫਾਸਟੈਗ, ਅਤੇ ਇਹ ਕਾਰਡ ਆਪਾਂ ਕਿਵੇਂ ਬਣਵਾ ਸਕਦੇ ਹਾਂ। ਦੋਸਤੋ ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕਿ ਫਾਸਟੈਗ ਹੁੰਦਾ ਕੀ ਹੈ। ਦੋਸਤੋ ਜਦੋਂ ਆਪਾਂ ਨੈਸ਼ਨਲ ਹਾਈਵੇ 'ਤੇ ਟੋਲ ਪਲਾਜ਼ਾ 'ਤੇ ਰੁਕਦੇ ਹਾਂ ਤਾਂ ਉੱਥੇ ਆਪਾਂ ਨੂੰ ਕੈਸ਼ ਦੇਣਾ ਪੈਂਦਾ ਅੱਗੇ ਕ੍ਰੋਸ ਕਰਨ ਵਾਸਤੇ। ਜਿਹੜੀ ਪਿਕਚਰ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਫੋਟੋ ਵਿੱਚ ਲੈਨ 1, ਲੈਨ 2 ਫਾਸਟੈਗ ਲਾਈਨ ਅਤੇ ਲੈਨ 3। ਦੋਸਤੋ ਜਿਹੜੀ ਇਹ ਤਿੰਨ ਲਾਈਨਾਂ ਨੇ 1, 2 ਅਤੇ 3 ਜਿਹੜੀ ਇਹ ਕੈਸ਼ ਦੇਣ ਦੀ ਲਾਈਨਾਂ ਹੁੰਦੀ ਨੇ ਅਤੇ ਫਾਸਟੈਗ ਲਾਈਨ ਹੁੰਦਾ। ਇਸ ਵਿੱਚ ਇੱਕ ਕਾਰਡ ਬਣਦਾ ਆਪਣਾ ਜਿਹੜਾ ਕਿ ਗੱਡੀ ਦੇ ਮਿਰਰ 'ਤੇ ਇੱਥੇ ਤੁਸੀਂ ਚੈੱਕ ਕਰ ਸਕਦੇ ਹੋ, ਇੱਥੇ ਲੱਗਿਆ ਹੁੰਦਾ ਹੈ ਅਤੇ ਜਿਹੜਾ ਇਸ ਨੂੰ ਸਾਹਮਣੇ ਕੈਮਰਾ ਲੱਗਿਆ ਹੁੰਦਾ ਉਸਨੂੰ ਸਕੈਨ ਕਰ ਲੈਂਦਾ ਅਤੇ ਪੇਮੈਂਟ ਆਪਣੇ ਆਪ ਹੋ ਜਾਂਦੀ ਹੈ। ਅਤੇ ਦੋਸਤੋ 2 ਦਸੰਬਰ 2020 ਤੋਂ ਕੋਈ ਵੀ ਕੈਸ਼ ਲਾਈਨ ਨਹੀਂ ਰਹੇਗੀ, ਸਾਰੀ ਲਾਈਨ ਨੇ ਜਿਹੜੀ ਇਹ ਫਾਸਟੈਗ ਲਾਈਨ ਹੋ ਜਾਵੇਗੀ। ਇਸ ਲਈ ਇਹ ਕੈਸ਼ਲੈਸ ਪੂਰਾ ਤਰੀਕਾ ਬਣ ਜਾਵੇਗਾ ਜਿਹੜੀ ਵੀ ਪੇਮੈਂਟ ਕਰਨ ਦਾ। ਇਸ ਲਈ ਆਪਾਂ ਨੂੰ ਜ਼ਰੂਰਤ ਹੈ ਕਿ ਫਾਸਟੈਗ ਆਪਾਂ ਜਲਦੀ ਤੋਂ ਜਲਦੀ ਬਣਵਾ ਲਈਏ, ਬਿਨਾਂ ਫਾਸਟੈਗ ਤੋਂ ਫਿਰ ਆਪਾਂ ਇਹ ਜਿਹੜਾ ਵੀ ਟੋਲ ਪਲਾਜ਼ਾ ਇਹ ਕ੍ਰੋਸ ਨਹੀਂ ਕਰ ਪਾਵਾਂਗੇ। ਓਕੇ ਦੋਸਤੋ, ਦੋਸਤੋ ਇਸ ਪਿਕਚਰ ਵਿੱਚ ਤੁਸੀਂ ਕਲੀਅਰ ਹੋ ਜਾਓਗੇ ਕਿ ਫਾਸਟੈਗ ਦੀ ਵਰਤੋਂ ਆਪਾਂ ਕਿਵੇਂ ਕਰ ਸਕਦੇ ਹਾਂ। ਦੋਸਤੋ ਫਾਸਟੈਗ ਬਣਾਉਣਾ ਪੈਂਦਾ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਐਵੇਂ ਗੱਡੀ ਦੇ ਆਪਾਂ ਮੂਹਰਲੇ ਸ਼ੀਸ਼ੇ 'ਤੇ ਇਸ ਨੂੰ ਲਗਾ ਲੈਂਦੇ ਹਾਂ। ਦੋਸਤੋ ਇਹ ਫਾਸਟੈਗ ਕਾਰਡ ਹੁੰਦਾ ਜਿਹੜਾ ਜਿਵੇਂ ਆਪਾਂ ਮੋਬਾਈਲ ਰਿਚਾਰਜ ਕਰਵਾਉਂਦੇ ਹਾਂ ਐਵੇਂ ਟਾਈਮ ਟੂ ਟਾਈਮ ਰਿਚਾਰਜ ਕਰਵਾਉਣਾ ਪੈਂਦਾ ਹੈ ਅਤੇ ਇਹ ਰਿਚਾਰਜ ਤੁਸੀਂ ਡੈਬਿਟ ਕਾਰਡ, ਕ੍ਰੈਡਿਟ ਕਾਰਡ, ਨੈੱਟ ਬੈਂਕਿੰਗ ਜਾਂ ਪੇਟੀਐਮ ਤੋਂ ਇਹ ਰਿਚਾਰਜ ਕਰਾ ਸਕਦੇ ਹੋ। ਅਤੇ ਇਹ ਰਿਚਾਰਜ ਮਿਨੀਮਮ 100 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਰਿਚਾਰਜ ਹੋ ਸਕਦਾ, ਜਿੰਨਾ ਮਰਜ਼ੀ 100 ਤੋਂ 1 ਲੱਖ ਦੇ ਵਿਚਾਲੇ ਜਿੰਨਾ ਤੁਸੀਂ ਕਰਵਾਉਣਾ ਚਾਹੋ ਰਿਚਾਰਜ ਕਰਵਾ ਸਕਦੇ ਹੋ। ਅਤੇ ਨੈਕਸਟ ਗੱਲ ਕਰਦੇ ਹਾਂ ਦੋਸਤੋ ਫਾਸਟੈਗ ਕਾਰਡ ਆਪਾਂ ਕਿਵੇਂ ਬਣਾ ਸਕਦੇ ਹਾਂ। ਦੋਸਤੋ ਇਸੇ 2 ਤਰੀਕੇ ਹਨ, ਔਫਲਾਈਨ ਅਤੇ ਔਨਲਾਈਨ। ਜੇ ਤੁਸੀਂ ਔਫਲਾਈਨ ਬਣਾਉਣਾ ਚਾਹੁੰਦੇ ਹੋ ਤਾਂ ਨੇੜੇ ਦੇ ਕਿਸੇ ਵੀ ਪੈਟਰੋਲ ਪੰਪ ਉੱਪਰ ਜਾ ਕੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ। ਜੇ ਤੁਸੀਂ ਔਨਲਾਈਨ ਬਣਾਉਣਾ ਚਾਹੁੰਦੇ ਹੋ ਤਾਂ ਕਿਸੇ ਵੀ ਬੈਂਕ ਥਰੂ ਇਹ ਔਨਲਾਈਨ ਬਣਵਾ ਸਕਦੇ ਹੋ। ਅਤੇ ਅੱਜ ਦੀ ਵੀਡੀਓ ਵਿੱਚ ਆਪਾਂ ਔਨਲਾਈਨ ਗੱਲ ਕਰਾਂਗੇ ਇਹ ਕਿਵੇਂ ਬਣਾਉਣਾ। ਮੈਂ ਤੁਹਾਨੂੰ ਦੋਸਤੋ ਪੇਟੀਐਮ ਥਰੂ ਇਹ ਦੱਸਾਂਗਾ ਕਿ ਪੇਟੀਐਮ ਥਰੂ ਤੁਸੀਂ ਫਾਸਟੈਗ ਨਵਾਂ ਕਾਰਡ ਕਿਵੇਂ ਬਣਵਾ ਸਕਦੇ ਹੋ। ਤਾਂ ਦੋਸਤੋ ਫਾਸਟੈਗ ਕਾਰਡ ਪੇਟੀਐਮ ਤੋਂ ਖਰੀਦਣ ਵਾਸਤੇ ਤੁਹਾਨੂੰ ਮੇਰੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਜਾਣਾ ਪਵੇਗਾ ਅਤੇ ਉਸ 'ਤੇ ਲਿੰਕ 'ਤੇ ਕਲਿੱਕ ਕਰਦੇ ਹੀ ਇਹ ਸਾਈਟ ਤੁਹਾਡੇ ਸਾਹਮਣੇ ਓਪਨ ਹੋ ਜਾਵੇਗੀ। ਦੋਸਤੋ ਫਿਕਰ ਨਾ ਕਰੋ, ਇਹ ਮੋਬਾਈਲ 'ਤੇ ਵੀ ਇੰਨੀ ਹੀ ਵਧੀਆ ਸਾਈਟ ਚੱਲਦੀ ਹੈ ਜਿੰਨੀ ਕਿ ਮੇਰੇ ਪੀਸੀ 'ਤੇ ਚੱਲ ਰਹੀ ਹੈ। ਅਤੇ ਕਲਿੱਕ ਕਰਨ ਤੋਂ ਬਾਅਦ ਇਸ ਸਾਈਟ 'ਤੇ ਆਪਾਂ ਨੂੰ ਜਿਹੜੇ ਵੀ ਵਹੀਕਲ ਦਾ ਆਪਾਂ ਫਾਸਟੈਗ ਬਣਵਾਉਣਾ ਚਾਹੁੰਦੇ ਹਾਂ ਉਸ 'ਤੇ ਆਪਾਂ ਕਲਿੱਕ ਕਰਾਂਗੇ। ਇਗਜ਼ੈਂਪਲ ਦੇ ਤੌਰ 'ਤੇ ਕਾਰ ਜੀਪ ਜਾਂ ਵੈਨ ਦੇ ਆਪਾਂ ਫਾਸਟੈਗ ਬਣਵਾਉਣਾ ਚਾਹੁੰਦੇ ਹਾਂ ਤਾਂ ਕਲਿੱਕ ਕਰਨ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ ਹੈ। ਅਤੇ ਇੱਥੇ ਦੋਸਤੋ ਕਾਰਡ ਦੀ ਪੂਰੀ ਡਿਟੇਲ ਆ ਜਾਵੇਗੀ ਅਤੇ ਆਪਾਂ ਕਿੰਨੇ ਦਾ ਇਹ ਕਾਰਡ ਬਣੇਗਾ। 500 ਰੁਪਏ ਦਾ ਕਾਰਡ ਇਹਨਾਂ ਨੇ ਜੀ ਪੂਰੀ ਪੇਮੈਂਟ ਦਾ ਆਪਸ਼ਨ ਵੀ ਸ਼ੋ ਕਰ ਦਿੱਤਾ ਹੈਗਾ। ਇਸ ਤੋਂ ਬਾਅਦ ਕਰਨਾ ਕੁਛ ਨਹੀਂ ਦੋਸਤੋ, ਆਪਾਂ ਇੱਥੇ ਆਪਣਾ ਵਹੀਕਲ ਨੰਬਰ ਫਿਲ ਕਰਨਾ ਹੈ, ਜਿਹੜੀ ਵੀ ਕਾਰ ਜੀਪ ਦਾ ਆਪਣਾ ਜੋ ਪਲੇਟ ਨੰਬਰ ਹੈ ਆਪਣਾ ਉਹ ਆਪਾਂ ਇੱਥੇ ਕਲਿੱਕ ਕਰ ਲਾਂਗੇ। ਇਸ ਤੋਂ ਬਾਅਦ ਆਪਾਂ RC ਦੀ ਫੋਟੋ ਕਲਿੱਕ ਕਰਨੀ ਹੈ ਫਰੰਟ ਦੀ, ਅਤੇ ਇਸ ਤੋਂ ਬਾਅਦ ਇੱਥੇ ਆਪਾਂ RC ਦੀ ਬੈਕ ਦੀ ਫੋਟੋ ਕਲਿੱਕ ਕਰਕੇ ਅਪਲੋਡ ਕਰ ਦਾਂਗੇ। ਅਤੇ ਇਸ ਤੋਂ ਬਾਅਦ ਜਸਟ ਪ੍ਰੋਸੀਡ ਟੂ ਪੇ 'ਤੇ ਆਪਾਂ ਕਲਿੱਕ ਕਰਕੇ 500 ਰੁਪਏ ਆਪਣੇ ATM ਕਾਰਡ ਥਰੂ ਇਹਨਾਂ ਨੂੰ ਪੇਮੈਂਟ ਕਰ ਦਾਂਗੇ। ਕਿਉਂਕਿ ਦੋਸਤੋ ਇੰਨਾ ਜਿਹਾ ਪ੍ਰੋਸੈਸ ਸੀ। ਜੇ ਵੀਡੀਓ ਬੈਨੀਫਿਸ਼ਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਜੇ ਕੋਈ ਇਸ ਰਿਲੇਟਡ ਸਵਾਲ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ, ਮੈਂ ਨੈਕਸਟ ਪਾਰਟ ਹੈ ਜਿਹੜਾ ਇਸਦਾ ਤੁਹਾਡੇ ਪ੍ਰੋਬਲਮ ਰਿਲੇਟਡ ਬਣਾ ਦਿਆਂਗਾ।